ਦੇ ਵੱਲੋਂ ਸਤਿ ਸ੍ਰੀ ਅਕਾਲ ਜੀ ਮੈਂ ਅਮਰਿੰਦਰ ਸਿੰਘ ਜੀ son of ਸਰਦਾਰ ਦਲਜੀਤ ਸਿੰਘ ਨੰਬਰਦਾਰ ਪਿੰਡ ਭੁੱਲਰਾ ਜੀ ਜ਼ਿਲ੍ਹਾ ਸੰਗਰੂਰ ਤਹਿਸੀਲ ਮਰੇ ਕੋਲ ਦਾ ਰਹਿਣ ਵਾਲਾ ਜੀ ਮੈਂ ਪੇਸੇ ਤੋਂ ਜੀ ਕਿਸਾਨ ਮੈਂ ਖੇਤੀਬਾੜੀ ਕਰਨ ਵਾਲਾ ਆਦਮੀ ਆ ਜੀ ਤੇ ਨਾਲ ਨਾਲ ਡੇਰੀ ਜਿੰਨੇ ਇੱਕ ਜਗ੍ਹਾ ਡੇਰੀ ਦਾ ਉਤਪਾਦਨ ਕਰਦੇ ਆ ਜੀ ਥੋੜਾ ਬਹੁਤਾ ਕਿਰਾਇਆ ਲਾਉਣ ਦਾ ਸ਼ੌਂਕ ਰੱਖਦੇ ਆ ਜੀ ਪਹਿਲੇ ਦਿਨ ਤੋਂ ਜਦੋਂ ਬੇਲੀ ਟਾਈਮ ਹੁੰਦਾ ਹੈ ਸੋਚੀਦਾ ਵੀ ਥੋੜਾ ਬਹੁਤਾ ਕਿਰਾਇਆ ਲਾ ਕੇ ਆਪਦਾ ਆਮਦਨੀ 'ਚ ਵਾਧਾ ਕੀਤਾ ਜਾਵੇ ਜੀ ਮੈਂ ਸੰਨ 2010 ਚ ਜੀ ਕਮੈਨ ਲੈਣ ਦਾ ਫੈਸਲਾ ਲਿਆ ਜੀ ਬਹੁਤ ਕੰਪਨੀਆਂ ਨੇ ਕਮੈਨਾਂ ਦੇਖੀਆਂ ਏਰੀਆ ਚ ਘੁੰਮਦੇ ਫਿਰਦੇ ਰਹੇ ਪਹਿਲਾਂ ਪੁਰਾਣੀਆਂ ਵੀ ਦੇਖਦੇ ਰਹੇ ਨਵੀਆਂ ਵੀ ਦੇਖਦੇ ਰਹੇ ਫਿਰ ਆਖਰ ਨੂੰ ਜੀ ਮੈਂ ਦਸਮੇਸ਼ ਗਰੁੱਪ ਆਮਰਗੜ ਫਾਰਮ ਲੈਂਡ ਲੈਣ ਦਾ ਫੈਸਲਾ ਲਿਆ ਜੀ ਸੰਨ 2010 ਚ ਫਿਰ ਮੈਂ ਜੀ ਨਵੀਂ ਕਮੈਨ ਫਾਰਮ ਲੈਂਡ ਦੀ ਨਵੀਂ ਲਈ ਨਵੀਂ ਲੈ ਕੇ ਜੀ ਮੈਂ ਆਪਦਾ ਫਸਲ ਬਾੜੀ ਦੇ ਨਾਲ ਨਾਲ ਮੈਂ ਠੇਕੇ ਤੇ ਵੀ ਖੇਤੀਬਾੜੀ ਕਰਦਾ ਰਹਿਣਾ ਜੀ ਆਪਦੇ ਕਰਨ ਦੇ ਨਾਲ ਨਾਲ ਮੈਂ ਸੋਚਿਆ ਵੀ ਆਪਾਂ ਥੋੜਾ ਜਿਹਾ ਆਪਣੀ ਆਮਦਨ ਚ ਵਾਧਾ ਕਰੀਏ ਮੈਂ ਕਿਰਾਇਆ ਲਾਉਣ ਦਾ ਮੈਂ ਬੜਾ ਇਸ ਕਮੈਨ ਤੋਂ ਕਿਰਾਇਆ ਲਾਇਆ ਜੀ ਬੜਾ ਆਪਦਾ ਸਿਸਟਮ ਆਪਦੀ ਕਬੀਲਦਾਰੀ ਦੀ ਜ਼ਿੰਦਗੀ ਚ ਨੂੰ ੱੱਕਾ ਲਾਇਆ ਜਿੰਨੇ ਵੀ ਲਗਭਗ ਏਰੀਆ ਚ ਆਪਾਂ ਜਿੰਨੇ ਵੀ ਕਿਸਾਨਾਂ ਨਾਲ ਮੈਂ ਪਹਿਲੇ ਦਿਨ ਤੋਂ ਸੰ 2010 ਤੋਂ ਜੁੜਿਆ ਹੋਇਆ ਹਾਂ ਜੀ ਲਗਭਗ ਅੱਜ ਵੀ ਉਹੀ ਕਿਸਾਨ ਮੇਰੇ ਨਾਲ ਜੁੜੇ ਹੋਏ ਨੇ ਜੀ ਕੋਈ ਕਿਸਮ ਐ ਨਹੀਂ ਹੈਗਾ ਵੀ ਕੋਈ ਕਿਸਮ ਕੋਈ ਮੇਰੇ ਤੋਂ ਨਫਾ ਨੁਕਸਾਨ ਕਰਕੇ ਭੱਜ ਗਿਆ ਮੇਰੀ ਬਾਢੀ ਤੋਂ ਇਸ ਕਮੈਨ ਦੀ ਬਾਢੀ ਤੋਂ ਲੋਕ ਖੋਸੋ ਕੇ ਮੇਰੇ ਨਾਲ ਸੰ 2000 ਤੇ ਜੋ ਜ਼ਿਮੀਂਦਾਰ ਜੁੜੇ ਹੋਏ ਨੇ ਮੇਰੇ ਨਾਲ ਅੱਜ ਵੀ ਉਹੀ ਜੁੜੇ ਹੋਏ ਨੇ ਜੀ ਇੰਨਾ ਇਸ ਕਮੈਨ ਤੇ ਮੈਂ ਮਾਨ ਕਰਦਾ ਤੇ ਜੋ ਕਿਸਾਨ ਮੇਰੇ ਨਾਲ ਜੁੜੇ ਹੋਏ ਨੇ ਉਹ ਵੀ ਇਸ ਕਮੈਨ ਤੇ ਮਾਨ ਕਰਦੇ ਨੇ ਵੀ ਇਸ ਕਮੈਨ ਕਦੇ ਕਣਕ ਜੀਰੀ ਦੀ ਬਾਢੀ ਕਰਦਾ ਹੀ ਮੈਂ ਕੋਈ ਹੋਰ ਫਸਲ ਆਪਣੇ ਇਲਾਕੇ 'ਚ ਮੈਂ ਲੋਕ ਲੈ ਮਸ਼ੀਨ ਚਲਾਈ ਆ ਜੀ ਕਦੇ ਬਾਹਰ ਅੰਦਰ ਲੈ ਕੇ ਨਹੀਂ ਗਿਆ ਲੋਕਲ ਵਾਢੀ ਕਰਦੇ ਆਪਣੇ ਇਲਾਕੇ ਚ ਲਗਭਗ ਕਣਕ ਜਾਂ ਜੀਰੀ ਦੀ ਵਾਢੀ ਹੁੰਦੀ ਹੈ ਜੀ ਇਹ ਦੋਏ ਵਾਢੀਆਂ ਤੇ ਮੇਰੇ ਗਾਹਕਾਂ ਜਮੈਂ ਇਨਾ ਮਾਣ ਮਹਿਸੂਸ ਕਰਦੇ ਮਸ਼ੀਨ ਕਦੇ ਦਾਣੇ ਦੀ ਜਾਂ ਕਦੇ ਤੋੜ ਭੰਨ ਦੀ ਕੋਈ ਦਿੱਕਤ ਜਾਂ ਕੋਈ ਕੰਪਲੇਂਟ ਹੈ ਨਹੀਂ ਇਸ ਕੰਮਤੋਂ ਜੀ ਨਾਲ ਨਾਲ ਜੋ ਕੰਪਨੀ ਦੇ ਮਾਲਕ ਨੇ ਸਰਦਾਰ ਸਵਰਨਜੀਤ ਸਿੰਘ ਜੀ ਬੜੇ ਵਧੀਆ ਬੰਦੇ ਨੇ ਜੀ ਮੇਰਾ ਉਹਨਾਂ ਨਾਲ ਨਿੱਜੀ ਵੀ ਸੰਬੰਧ ਰਿਹਾ ਹੈ ਜਦੋਂ ਵੀ ਕਦੇ ਅੱਧੀ ਰਾਤ ਵੀ ਫੋਨ ਮਾਰੀਏ ਕਿਸੇ ਵੀ ਮਸਲੇ ਤੇ ਹਾਜ਼ਰ ਕਰਦੇ ਨੇ ਜੀ ਕੰਪਨੀ ਦਾ ਸਟਾਫ ਸਾਰਾ ਬਹੁਤ ਵਧੀਆ ਜੀ ਜਦੋਂ ਵੀ ਜਾਈਏ ਜਿਸ ਮਸਲੇ ਲਈ ਵੀ ਜਾਈਏ ਹੱਲ ਕਰਕੇ ਭੇਜਦੇ ਰਹੇ ਨੇ ਜੀ ਇਕੱਲੀ ਇਸ ਮਸ਼ੀਨ ਨੂੰ ਹੀ ਨਹੀਂ ਜੀ ਮੈਂ ਇਹਨਾਂ ਤੋਂ ਤੂੜੀ ਵਾਲੀ ਮਸ਼ੀਨ ਲੈਜ਼ਰ ਲੈਵਲ ਇਹਨਾਂ ਦੀ ਮੈਂ ਹਰੇਕ ਸੰਦ ਦੀ ਮੈਂ ਦਸਵੇਂ ਸ ਲੈਂਡ ਫੋਰਸ ਲੈਂਡ ਫਾਰਮ ਲਾਈਨ ਦਾ ਹੀ ਵਰਤਦਾ ਜੀ ਮੈਨੂੰ ਇੰਨੀ ਇਹਨਾਂ ਦੀ ਕੁਆਲਿਟੀ ਵਧੀਆ ਲੱਗਦੀ ਹੈ ਜੀ ਨਾਲ ਰੰਗ ਦੀ ਚਦਰ ਦੀ ਕਦੇ ਨੂੰ ਜਗਾਲ ਨਹੀਂ ਪਈ ਇੱਕ ਮੈਨ ਮੈਂ 2 ਸਾਲ ਮੇਰੀ ਹੁਣ ਤਾਂ ਸੈੱਡ ਅੰਦਰ ਖੜਦੀ ਹੈ ਜੀ ਮੇਰੇ 2 ਸਾਲ ਮੇਰੇ ਕੋਲ ਸੈੱਡ ਨਹੀਂ ଥିਗਾ ਸੈੱਡ ਤੋਂ ਬਾਹਰ ਖੜਦੀ ਰਹੀ ਹੈ ਕਿਤੇ ਇੱਕ ਮੈਨ ਨੂੰ ਜੰਗ ਨਹੀਂ ਲੱਗੀ ਜੀ ਕਿਤੇ ਵੀ ਬਾਹਰ ਖੜਨ ਦੇ ਬਾਵਜੂਦ ਕਿਸੇ ਕਿਸਮ ਦੀ ਵੈਰਿਆਂ ਤੋਂ ਕਦੇ ਕਿਸੇ ਦੇ ਇੰਜਨ ਚ ਕਦੇ ਕਿਸਮ ਦੀ ਤੋੜਪਨ ਬ੍ਰੇਕਡਾਊਨ ਮਸ਼ੀਨ ਦੀ ਬਿਲਕੁਲ ਨਾ ਮਾਤਰ ਹੈ ਜੀ ਨਾ ਮਾਤਰ ਜਿਹਨੂੰ ਆਪਾਂ ਨਾ ਮਾਤਰ ਕਹਿ ਦਿੰਦੇ ਆ ਜਿਵੇਂ ਆਪਣੇ ਪੰਜਾਬੀ ਦੀ ਕਹਾਵਤਾਂ ਵੀ ਆਪਾਂ ਕਹਿੰਦੇ ਆ ਵੀ ਮਰੂਤੀ ਕਾਰ ਦੀ ਰਿਪੇਅਰ ਨਹੀਂ ਅਸੀਂ ਇਹਨੂੰ ਜੋ ਮੇਰੇ ਨਾਲ ਜੁੜੇ ਹੋਏ ਨੇ ਸਟਾਫ ਜੋ ਚਲਾਉਂਦਾ ਉਹ ਵੀ ਸਾਡੇ ਨਾਲ ਪੁਰਾਣੇ ਜੁੜੇ ਰਹੇ ਨੇ ਜੀ ਤੇ ਕੋ ਅਮਰੂਤੀ ਕਾਰ ਹੈ ਸੀ ਇਹਨੂੰ ਕਹਿੰਦੇ ਆ ਅਮਰੂਤੀ ਕਾਰ ਆ ਵੀ ਤੋੜਪਨ ਹੈ ਹੀ ਨਹੀਂ ਜੇ ਹੈ ਤਾਂ ਉਹ ਬੜੀ ਛੋਟੀ ਜਿਹੜੀ ਨਾ ਮਾਤਰਾ ਆਪਣੀਆਂ ਜ਼ਿੰਦਗੀ ਚੱਲਦੇ ਰਹੇ ਤੋੜਪਨ ਮਾੜੀਆਂ ਮੋਟੀਆਂ ਉਹ ਨੇ ਕਦੇ ਕਿ ਮੇਜਰ ਪ੍ਰੋਬਲਮ ਇਹ ਕ ਮੈਂ ਖੜੀ ਨਹੀਂ ਕਰਦੀ ਇਸ ਕਰਕੇ ਆਪਾਂ ਗਰੁੱਪ ਨਾਲ ਜੀ ਬੜਾ ਲੰਬੇ ਸਮੇਂ ਤੋਂ ਜੁੜਿਆ ਆਪਾਂ ਨੂੰ ਬੜਾ ਮਾਣ ਆ ਮੈਨੂੰ ਇਹ ਮਸ਼ੀਨ ਦਾ ਫੈਸਲਾ ਲੈਣ ਤੇ ਮੈਂ ਇੱਕ ਸਹੀ ਫੈਸਲਾ ਲਿਆ ਸਹੀ ਗਰੁੱਪ ਨਾਲ ਜੁੜਿਆ ਤੇ ਫਾਰਮ ਲਾਈਨ ਮੈਂ ਕਮੈਨ ਅਮਰਗੜ੍ਹ ਤੋਂ ਦਸ਼ਮੇਸ਼ ਦੀ ਲਈ ਜੀ ਆਪਾਂ ਬੜੇ ਸੰਤੁਸ਼ਟਾਂ ਜੀ ਮੈਂ ਲਗਭਗ ਮੇਰੇ ਭੈਣ ਭਾਈਆਂ ਨੂੰ ਵੀ ਜੋ ਵੀ ਮੈਨੂੰ ਕੋਈ ਮੈਥੋ ਇਸ ਬਾਰੇ ਰਾਇ ਲੈਂਦਾ ਜਾਂ ਕੋਈ ਮੇਰੇ ਭੈਣ ਭਾਈ ਕੋਈ ਸੰਦ ਰੂਟਾ ਇੰਟਰਵਿਊ ਕੋਈ ਲੈਂਦਾ ਮੈਂ ਕਹਿਣਾ ਵੀ ਨਹੀਂ ਆਪਾਂ ਤਾਂ ਅਮਰਗੜ੍ਹੋਂ ਦਸ਼ਮੇਸ਼ ਦਾ ਲੈਂਡ ਫੋਰਸ ਦਾ ਲੈ ਕੇ ਆਉਣਾ ਤੇ ਇਸ ਕਰਕੇ ਆਪਾਂ ਦਾ ਜਿਹੜੇ ਮੇਰੇ ਭੈਣ ਭਾਈ ਨੇ ਇਹਨਾਂ ਨੂੰ ਹੀ ਕਹਿੰਦੇ ਵੀ ਇਹ ਗਰੁੱਪ ਨਾਲ ਜੁੜਿਆ ਬੜਾ ਆਪਦੇ ਆਪ ਨੂੰ ਵਧੀਆ ਮਹਿਸੂਸ ਕਰਦਾ ਹਾਂ ਜੀ ਮੈਂ ਇਸ ਕੰਪਨੀ ਨਾਲ ਜੁੜਿਆ ਜੀ ਤੇ ਮੈਂ ਸਹੀ ਫੈਸਲਾ ਲੈ ਕੇ ਫਾਰਮ ਲਾਈਨ ਕਮੈਨ ਜੀ ਸੰ 2010 ਚ ਲਈ ਜੀ ਮੇਰਾ ਜ਼ਿੰਦਗੀ ਚ ਬੜਾ ਸਾਥ ਦਿੱਤਾ ਇਸ ਕਮੈਨ ਨੇ ਜੀ ਦੁੱਖ ਧੁੱਖ ਜਿਹੜੀ ਕਬੀਲਦਾਰੀ ਨੂੰ ਬੜਾ ੱਤਕਾ ਲਾਇਆ ਜੀ ਇਸ ਕਮੈਨ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ